ਪੰਜਾਬ ਦੇ ਵਿੱਚ ਸਰਪੰਚੀ ਚੋਣਾਂ 15 ਅਕਤੂਬਰ ਨੂੰ ਹੋ ਚੁੱਕੀਆਂ ਨੇ ਤੇ ਹੁਣ ਸਰਪੰਚੀ ਚੋਣਾਂ ਨੂੰ ਲੈ ਕੇ ਖੁੰਦਕਾ ਨਿਕਲਦੀਆਂ ਨਜ਼ਰ ਆ ਰਹੀਆਂ ਨੇ। ਜੀ ਹਾਂ, ਦੱਸ ਦਈਏ ਕਿ ਸਰਪੰਚੀ ਚੋਣਾਂ ਦੇ ਵਿੱਚ ਕਈਆਂ ਨੂੰ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਤੇ ਜੇਤੂ ਉਮੀਦਵਾਰਾਂ ਦੇ ਉੱਤੇ ਹਮਲੇ ਕਰਵਾਏ ਜਾ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਜੋ ਉਮੀਦਵਾਰ ਸਰਪੰਚ ਜੇਤੂ ਹੋਇਆ ਉਸਦੇ ਜੋ ਦੋਸਤ ਨੇ ਜਾਂ ਫਿਰ ਉਸਦੇ ਕਰੀਬੀਆਂ ਦੇ ਉੱਤੇ ਇਹ ਹਮਲੇ ਕਰਵਾਏ ਜਾ ਰਹੇ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਨੂੰ ਫੋਨ ਦੇ ਉੱਤੇ ਧਮਕੀਆਂ ਮਿਲ ਰਹੀਆਂ ਨੇ, ਪਰ ਬਾਵਜੂਦ ਇਸਦੇ ਹੁਣ ਸ਼ਰੇਆਮ 8 ਤੋਂ 10 ਬਦਮਾਸ਼ਾਂ ਨੇ ਆ ਕੇ ਜਦੋਂ ਉਹ ਆਪਣੀ ਦੁਕਾਨ ਬੰਦ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਦੁਕਾਨ ਦੇ ਸ਼ਟਰ ਭੰਨ ਦਿੱਤੇ ਗਏ, ਇੱਟਾਂ ਰੋੜੇ ਬਰਸਾਏ ਗਏ ਤੇ ਬਾਹਰ ਖੜੀ ਗੱਡੀ ਵੀ ਭੰਨ ਦਿੱਤੀ। ਜੀ ਹਾਂ, ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਇੱਕ ਸ਼ਖਸ ਆਪਣੀ ਦੁਕਾਨ ਨੂੰ ਬੰਦ ਕਰ ਰਿਹਾ, ਸ਼ਟਰ ਉਸਦਾ ਗਿਰਾ ਰਿਹਾ ਤਾਂ ਨਾਲ ਦੀ ਨਾਲ ਪਿੱਛੋਂ ਹੀ ਸੜਕ ਕ੍ਰੋਸ ਕਰਕੇ ਕੁਝ ਬਦਮਾਸ਼ ਆਉਂਦੇ ਨੇ। ਹੱਥਾਂ ਦੇ ਵਿੱਚ ਉਹਨਾਂ ਦੇ ਲਾਠੀ ਡੰਡੇ ਫੜੇ ਹੁੰਦੇ ਨੇ ਤੇ ਕਈਆਂ ਦੇ ਵੱਲੋਂ ਪੱਥਰ ਬਰਸਾਉਣੇ ਉਸ ਸ਼ਟਰ ਦੇ ਉੱਤੇ ਸ਼ੁਰੂ ਕਰ ਦਿੱਤੇ ਜਾਂਦੇ ਨੇ। ਹਾਲਾਂਕਿ ਜੋ ਦੁਕਾਨਦਾਰ ਹੈ ਉਸਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਗਈ ਹੈ ਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਉਹ ਆਪਣਾ ਰੁਜ਼ਗਾਰ ਕਰ ਸਕਣ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇਹ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਖੇਡਿਆ ਗਿਆ, ਜਿਸ ਤੋਂ ਬਾਅਦ ਹੁਣ ਇਕੱਠੇ ਹੋਏ ਲੋਕਾਂ ਦੇ ਵੱਲੋਂ ਪਹਿਲਾਂ ਤਾਂ ਸੜਕ ਦੇ ਉੱਤੇ ਧਰਨਾ ਦਿੱਤਾ ਗਿਆ, ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੌਕੇ ਦੇ ਉੱਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾਮ ਦੱਸੋ ਤੇ ਕੀ ਮਤਲਬ? ਮੇਰਾ ਨਾਮ ਅੰਗਵੀਰ ਸਿੰਘ, ਪਿੰਡ ਮੇਰਾ ਪੰਡੋਰੀ ਉੜਿਆ ਚ। ਅੱਜ ਕੀ ਗੱਲ ਹੋਈ ਬਾਜੀ ਜੀ? ਸਰ ਅੱਜ ਇੱਕ ਗੱਲ ਹੋਈ ਹੈ ਕਿ 2 ਦਿਨ ਪਹਿਲਾਂ ਵੀ ਇਹਨਾਂ ਨੇ ਨਾ ਜਿਹੜੇ ਸਾਡੇ ਵਿਰੋਧੀ ਧਿਰ ਦੇ ਆ, ਆਮ ਪਾਰਟੀ ਦੇ ਆਗੂ ਆ, ਅਸੀਂ ਵੀ ਆਮ ਪਾਰਟੀ ਦੇ ਆਗੂ ਆ, ਠੀਕ ਨੀ, ਇਹਨਾਂ ਨੇ 2-3 ਦਿਨ ਪਹਿਲਾਂ ਮੇਰੇ ਦਰਸ਼ਨ ਵੀਰ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਤੇਰੀ ਦੁਕਾਨ ਤੈਨੂੰ ਜਾਨੋ ਮਾਰਨਾ ਵਾ, ਤੂੰ ਦੂਜੇ ਬੰਦੇ ਦੀ ਸਪੋਰਟ ਕੀਤੀ ਆ, ਸਾਡੀ ਸਪੋਰਟ ਨਹੀਂ ਕੀਤੀ, ਠੀਕ ਨੀ। ਪੁਲਿਸ ਦੇ ਦਰਖਾਸਤ ਦਿੱਤੀ ਆ, ਪੁਲਿਸ ਨੇ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ। ਅੱਜ ਹਾਰ ਕੇ 2 ਦਿਨ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਵਾ ਕਿ ਇਹਦੀ ਦੁਕਾਨ ਭੰਨ ਗਏ ਆ, ਨਾਲ ਗੱਡੀ ਤੋੜ ਗਏ ਆ, ਠੀਕ ਨੀ, ਤੇ ਸਾਰੀ ਇਹਨਾਂ ਨੂੰ ਜਿਹੜੀ ਆ ਕਿ ਉਹ ਆਪਣੀ ਜਿਹੜੀ ਹਾਰ ਆ ਜਿਹੜੀ ਆ ਉਹ ਇਹਨਾਂ ਨੂੰ ਸਵੀਕਾਰ ਨਹੀਂ ਹੋਣ ਦੀ ਤੇ ਗੁੰਡਾਗਰਦੀ ਦੇ ਉਤਰੇ ਹੋਏ ਆ। ਤੇ ਜਿਹੜਾ ਰਿਸ਼ਪਾਲ ਸਿੰਘ ਲਾਡੀ ਆ ਉਹਦੀ ਸ਼ਹਿਰ ਤੇ ਜਿਹੜਾ ਵਾ ਸਭ ਗੁੰਡਾਗਰਦੀ ਇਹ ਹੋਣ ਦੇ ਆ। ਇਹਦੇ ਨਾਲ ਆਮ ਪਾਰਟੀ ਦਾ ਹੀ ਆਗੂ ਆ, ਹਰਿਆ ਆ, ਸਰਪੰਚ ਆ, ਜਿਹੜਾ ਹਾਰ ਆ ਉਹਨੂੰ ਆਪਣੀ ਜਿਹੜੀ ਆ ਸਵੀਕਾਰ ਨਹੀਂ ਹੋਣ ਦੀ। ਪਿੰਡ ਨੇ ਸਾਨੂੰ ਸੰਗਤ ਨੇ ਚੁਣਿਆ ਵਾ, ਪਿੰਡ ਦੀ ਸੰਗਤ ਨੇ ਚੁਣਿਆ ਵਾ, ਠੀਕ ਨੀ, ਕੋਈ ਆਪਾਂ ਹੇਰਾ ਫੇਰੀ ਦੇ ਨਾਲ ਕੋਈ ਜਿੱਤੇ ਨਹੀਂ ਆ, ਵੋਟਾਂ ਦੇ ਨਾਲ ਜਿੱਤੇ ਆ। ਸਾਰੀ ਰਾਤ ਵੋਟਾਂ ਦੀ ਗਿਣਤੀ ਹੁੰਦੀ ਰਹੀ ਆ ਤੇ ਸਾਰੀ ਰਾਤ ਗਿਣਤੀ ਹੋ ਗਏ ਮੁਕੰਮਲ। 3 ਵਜੇ ਸਾਹਿਬ ਨਾਲ ਐਸਡੀਐਮ ਸਿੰਘ ਸਾਹਿਬ ਨੇ ਸਾਨੂੰ ਸਰਪੰਚ ਬਣਾਤਾ ਵਾ, ਜਾਂ ਤੇ ਕੋਈ ਕਰੇ ਨਾ ਕਿ ਅਸੀਂ ਗੁੰਡਾਗਰਦੀ ਨਾਲ ਜਿੱਤੇ ਆ। ਪੁਲਿਸ ਨੇ ਕੋਈ ਕਾਰਵਾਈ ਨੀ ਜੀ ਕੀਤੀ, ਮੇਨ ਸਰਪੰਚੀ ਨੂੰ ਲੈ ਕੇ ਤੁਹਾਡਾ? ਹਾਂਜੀ, ਮੇਨ ਸਰਪੰਚੀ ਨੂੰ ਲੈ ਕੇ ਰੰਜਿਸ਼ਬਾਜ਼ੀ ਚੱਲਣ ਦੀ। ਪ੍ਰਸ਼ਾਸਨ ਨੇ ਕੀ ਆਸ਼ਵਾਸਨ ਦਵਾਇਆ? ਪ੍ਰਸ਼ਾਸਨ ਨੇ ਅਜੇ ਕੋਈ ਵੀ ਕਾਰਵਾਈ ਨੀ ਉਹਨਾਂ ਦੇ ਖਿਲਾਫ਼ ਕੀਤੀ, ਦਰਖਾਸਤ ਅਸੀਂ 2 ਦਿਨ ਉਹਨਾਂ ਦਾ ਘਰੇ ਜੇ ਪੁਲਿਸ ਨਾਲ ਗੱਲ ਕੀਤੀ ਆ, ਚੌਂਕੀ ਇੰਚਾਰਜ ਆਇਆ ਵਾ ਤੇ, ਪਰ ਸਾਡੀ ਕੋਈ ਸੁਣਵਾਈ ਨੀ ਹੋਣੀ ਜਿਹੜੀ 2 ਦਿਨ ਪਹਿਲਾਂ ਸਾਡੇ ਵੱਲੋਂ ਰੋਡ ਜਾਮ ਕੀਤਾ ਵਾ ਕਿ ਜਿੰਨਾ ਤੱਕ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਨੀ ਕੀਤੀ ਜਾਂਦੀ, ਪਰਚਾ ਨੀ ਦਰਜ ਕੀਤਾ ਜਾਂਦਾ ਉਹਨਾਂ ਤੱਕ ਰੋਡ ਜਾਮ ਰਹੂਗਾ। ਨਾਂ ਦੱਸ ਕੇ ਕਿੱਥੇ ਦੇ ਰਹਿਣਾ ਤੇ ਕੀ ਹੋਇਆ ਸਾਰਾ ਮਾਮਲਾ? ਮੈਂ ਪਿੰਡ ਪੰਡੋਰੀ ਵੜੈਤ ਦਾ ਰਹਿਣ ਵਾਲਾ, ਦਰਸ਼ਨ ਸਿੰਘ ਨਾਂ ਮੇਰਾ ਜੀ। ਅੱਡੇ ਵਿੱਚ ਮੇਰਾ ਟੈਂਟ ਹੋ ਰਿਹਾ। ਕੀ ਹੋਇਆ? ਹੋਇਆ ਕੀ ਜੀ, ਅਸੀਂ ਦੁਕਾਨਾਂ ਬੰਦ ਕਰਨ ਡੇ ਆ, ਬੰਦ ਕਰਨ ਡੇ ਤੇ ਇਧਰੋਂ ਮੁੰਡੇ ਆਏ ਆ 7-8 ਤੇ ਦਾਤਰ ਤੇ ਹਥਿਆਰ ਸੀ ਉਹਨਾਂ ਕੋਲ, ਉਹਨਾਂ ਸਿੱਧੇ ਆਉਂਦੇ ਚਲਾਉਣੇ ਚਾਲੂ ਕਰਤੇ ਆ ਤੇ ਮੈਂ ਅੰਦਰ ਵੜ ਕੇ ਤੇ ਦਰਵਾਜ਼ਾ ਬੰਦ ਕਰ ਲਿਆ। ਕੌਣ ਲੋਕ ਸੀ ਪਤਾ ਲੱਗਾ? ਨਹੀਂ ਪਤਾ ਨਹੀਂ ਜੀ, ਉਹ ਮੈਨੂੰ ਪਹਿਲਾਂ ਵੀ 1-2 ਵਾਰ ਧਮਕੀ ਆਈਆਂ ਜੀ। ਹਾਂਜੀ, ਪਹਿਲਾਂ ਪਰਸੋਂ ਹੀ 4 ਹੀ ਸਾਡੇ ਬੋਰਡ ਭੰਨੇ ਆ। ਹਾਂਜੀ, ਤੁਹਾਡੇ ਵੱਲੋਂ
ਸਾਡੇ ਵੱਲੋਂ ਅਸੀਂ ਖਲੋਤੇ ਹਾਂ ਵੇਖੋ ਪਰ ਕਾਨੂੰਨੀ ਗੱਲ ਹੈ ਸਾਡੇ ਕਾਨੂੰਨੀ ਕਾਰਵਾਈ ਕਰਨੀ ਹੈ ਮੰਗਦੇ ਆ ਦੁਕਾਨਦਾਰਾਂ ਦੀ ਜੋ ਮੰਗ ਇਹ ਤੇ ਫਿਰ ਰੋਜ਼ ਕਰਨਗੇ ਇਹ ਤਾਂ ਦੁਕਾਨਦਾਰ ਦੀ ਦੁਕਾਨ ਬਣ ਸਕਦੇ ਆ ਦੱਸ ਕੇ ਕੀ ਹੋਇਆ ਜੀ ਤੁਹਾਡਾ ਮੇਰਾ ਨਾਮ ਜੀ ਹਰਪ੍ਰੀਤ ਵੇਰਕਾ ਜੀ ਮੈਂ ਵੇਰਕੇ ਤੋਂ ਜੀ ਮੈਂ ਇੱਥੇ ਆਪਣੇ ਕੱਪੜੇ ਦੁਕਾਨ ਕੋਲ ਲਈ 3 ਕੁ ਮਹੀਨੇ ਹੋ ਗਏ ਮੈਨੂੰ ਕੱਪੜੇ ਦੁਕਾਨ ਨੂੰ ਅੰਕਲ ਹੁਣ ਇੱਕ ਗੱਲ ਹੋਣੀ ਹੈ ਮੇਰੇ ਐਵੇਂ ਦਫ਼ਤਰ ਵੱਜ ਕੋ ਅੰਦਰ ਵੇਖ ਲਾ ਅੰਦਰ ਵਾਰ ਕੋਣ ਲੋਕ ਅੰਦਰ ਵਾਰ ਕੇ ਮਾਰ ਕੇ ਗਏ ਮੈਂ ਲੈ ਦੁਕਾਨ ਵਧਾਣ ਨੇ ਕਿੰਨੇ ਕ ਬੰਦੇ ਸੀ ਭਾਜੀ ਹਾਗੇ ਕੋਈ 8-9 ਜਣੇ ਹੈਗੇ ਤੁਹਾਡੀ ਦੁਕਾਨ ਤੇ ਕਿਉਂ ਆਏ ਇੱਕੋ ਜਣਾ ਆਇਆ ਮੇਰੀ ਦੁਕਾਨ ਦੇ ਅੰਦਰ ਬਾਕੀ ਬਾਹਰ ਹੀ ਇੱਕ ਨੇ ਕਿਹਾ ਫਿਰ ਕੀ ਇੱਥੇ ਕੀ ਇਹਨਾਂ ਕੋ ਸਮਾਨ ਖੰਡਾ ਹੀ ਉਹਨਾਂ ਦੇ ਖੰਡਾ ਮੇਰੇ ਹੱਥ ਦੇ ਵੱਜ ਕੇ ਟੁੱਟਾ ਖੰਡਾ ਅੱਧਾ ਡੱਗ ਉੱਥੇ ਪਿਆ ਆ ਹਥਿਆਰ ਵੀ ਹਥਿਆਰ ਦੀ ਸਭ ਕੁਝ ਦੀ ਤੇ ਬਾਕੀ ਇੱਕ ਨੇ ਕਿਹਾ ਵਾ ਕਿ ਆ ਦੁਕਾਨ ਨਹੀਂ ਉਹ ਦੁਕਾਨ ਮੁੜ ਕੇ ਸਾਰੇ ਉੱਧਰ ਚਲੇ ਗਏ ਇਹ 8:30 ਵਜੇ ਦੀ ਗੱਲ ਆ ਮੂੰਹ ਬੰਨ ਕੇ 6 ਜਣੇ ਆਏ ਜੀ ਆ ਕੇ ਉਹਦਾ ਸੀਸਾ ਤੋੜ ਦਿੱਤਾ ਜੀ ਇਹਨਾਂ ਨੇ ਬੰਦੇ ਪਏ ਆ ਜੀ ਉਹਨਾਂ ਨੂੰ ਇੱਡਾ ਰੋੜੇ ਮਾਰੇ ਆ ਗੱਡੀ ਦੇ ਸੀਸੇ ਤੋੜੇ ਦੁਕਾਨ ਦੇ ਸੀਸੇ ਤੋੜੇ ਅਸੀਂ ਐਸਐਚਓ ਸਾਹਿਬ ਆ ਰਹੇ ਨੇ ਸੀਨੀਅਰ ਅਫਸਰਾਂ ਨੂੰ ਦੱਸ ਦਿੱਤਾ ਆ ਹੁਣੇ ਪਤਾ ਦੱਸ ਗੱਲ ਸਰ ਇਹਨਾਂ ਵੱਲੋਂ ਨਾਮ ਵੀ ਲਿੱਤਾ ਗਿਆ ਰਸ਼ਪਾਲ ਸਿੰਘ ਕੋਈ ਹੈਗਾ ਜਿਹਨਾਂ ਇਲੈਕਸ਼ਨ ਨੂੰ ਲੈ ਕੇ ਸਾਰਾ ਕਰਨਾ ਜੀ ਜਿਹੜਾ ਵਿੱਚ ਆਊਗਾ ਪਰਚਾ ਦਰਜ ਕਰ ਦੇਣਾ ਜੀ ਹੁਣ ਤਾਂ ਇਹਨਾਂ ਨਾਮ ਵਗੈਰਾ ਤੁਹਾਨੂੰ ਦੱਸਿਆ ਜੋ 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 ਕਹਿਣਗੇ ਜਿੱਦਾਂ ਕਹਿਣਗੇ ਪਰਚਾ ਦਰਜ ਹੋਣ ਲੱਗਾ ਜੀ ਥਾਣਾ ਕਿਹੜਾ ਲੱਗਦਾ ਸਾਰੇ ਥਾਣਾ ਕਮੋ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜੀ ਸਾਡੇ ਵੱਲੋਂ ਪਰਚਾ ਦਰਜ ਹੋਣ ਲੱਗਾ ਜੀ ਸੀਨੀਅਰ ਅਫਸਰ ਆਉਣ ਲੱਗੇ ਐਸਐਚਓ ਸਾਹਿਬ ਨੇ ਕਿਹਾ ਕਿ ਸਰਪੰਚੀ ਨੂੰ ਲੈ ਕੇ ਕੋਈ ਮੈਂ ਨਹੀਂ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਜੀ ਇਹਨਾਂ ਨੂੰ ਪਤਾ ਹੋਊਗਾ ਜੀ ਪਰ ਜਿਹੜੀ ਜੋ ਘਟਨਾ ਹੋਈ ਆ ਜੋ ਉਹਨਾਂ ਵਾਰਦਾਤ ਨੂੰ ਅੰਜਾਮ ਦਿੱਤਾ ਦੁਕਾਨ ਭੰਨੀ ਆ ਉਹਦੀ ਕਾਨੂੰਨੀ ਕਾਰਵਾਈ ਹੋਊਗੀ ਹੁਣੇ ਇਮੀਡੀਏਟ ਠੀਕ ਹੈ